ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ, ਇਹ ਸਾਡਾ ਮਿਸ਼ਨ ਹੈ। ਅਤੇ ਅੱਜ ਐਂਬੂਲੈਂਸਸ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਨੇ, ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ, ਜਿਵੇਂ ਕਿ ਕਰੋਨਾ ਵਾਰੀਅਰ ਜਿਹੜੇ ਸੀਗੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਕੰਮ ਕੀਤਾ ਸੀਗਾ, ਬਾਅਦ ਦੇ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ, ਛੱਡਤਾ ਸੀ ਉਹਨਾਂ ਨੂੰ, ਅਤੇ ਨਾ ਉਹ ਪ੍ਰਾਈਵੇਟ 'ਚ ਕੰਮ ਕਰਨ ਜੋਗੇ, ਸਰਕਾਰ ਨੇ ਉਹਨਾਂ ਨੂੰ ਕੱਢਤਾ। ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਪਿਛਲੇ ਕਈ ਦਿਨਾਂ ਤੋਂ, ਕਾਫੀ ਕੁਛ ਲੀਗਲ ਵੀ ਥੋੜ੍ਹੀਆਂ ਜਿਹੀਆਂ ਹਰਡਲਸ ਸੀਗੀਆਂ, ਉਹ ਵੀ ਸਾਰੀਆਂ ਦੂਰ ਕਰਕੇ, ਅਤੇ ਅਸੀਂ ਉਹਨਾਂ ਕਰੋਨਾ ਵਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ 'ਤੇ, ਕਿਉਂਕਿ ਉਹ ਵੈਲ ਟ੍ਰੇਨਡ ਨੇ, ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿਓਗੇ ਕੱਲ੍ਹ ਨੂੰ ਕੰਮ 'ਤੇ ਆ ਜਾਣਗੇ, ਕੋਈ ਟ੍ਰੇਨਿੰਗ ਦੀ ਲੋੜ ਹੀ ਨਹੀਂ, ਉਹ ਤਾਂ ਪਹਿਲਾਂ ਹੀ ਟ੍ਰੇਨਡ ਨੇ। ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਹਾਂ ਤਾਂ ਨਵੇਂ ਡਾਕਟਰ ਚਾਹੀਦੇ ਆ, ਫਾਰਮਾਸਿਸਟ ਚਾਹੀਦੇ ਆ, ਨਰਸਿਸ ਚਾਹੀਦੇ ਆ, ਅਤੇ ਮੈਡੀਕਲ ਸਟਾਫ ਚਾਹੀਦਾ। ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ, ਸਾਨੂੰ ਪੀਅਨ ਚਾਹੀਦੇ ਆ, ਨਾਲ ਕੈਂਪਸ ਮੈਨੇਜਰ ਚਾਹੀਦੇ ਆ, ਕਲੈਰੀਕਲ ਸਟਾਫ ਚਾਹੀਦਾ। ਸੋ ਹੁਣ ਜਿਉਂ ਜਿਉਂ ਡਿਮਾਂਡ ਪੈਦਾ ਹੋਊਗੀ, ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਹਾਂਗੇ। ਅਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80,000 ਨਫਰੀ ਸੀ, ਅੱਜ ਲਗਭਗ 23 ਸਾਲਾਂ ਬਾਅਦ 2024 'ਚ ਵੀ 80,000 ਹੈ। ਨਵੇਂ ਭਰਤੀ ਜੋ ਰਿਟਾਇਰ ਹੁੰਦੇ ਨੇ 2200 ਦੇ ਨੇੜੇ ਤੇੜੇ ਰਿਟਾਇਰ ਹੁੰਦੇ ਆ ਇੱਕ ਸਾਲ 'ਚ, ਉਨੇ ਕਰ ਲੈਂਦੇ ਹਾਂ, ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ। ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ, ਉੱਥੇ ਵੀ ਮੈਂ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ, ਬਾਰਡਰ ਸਟੇਟ ਹੈ, 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ, 30-35% ਪੁਲਿਸ ਸਾਡੀ BSF ਨਾਲ ਮਿਲ ਕੇ ਕੰਮ ਕਰਦੀ ਹੈ, ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ। ਕਦੇ ਡਰੋਨ ਆ ਗਿਆ ਜੀ, ਕਦੇ ਪਠਾਨਕੋਟ 'ਚ ਛੱਕੀ ਦੇਖੇ ਗਏ ਜੀ, ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ। ਬਿਹਾਰ ਦੀ ਪੁਲਿਸ ਬਿਹਾਰ ਵਾਸਤੇ ਸਿਰਫ ਬਿਹਾਰ ਦਾ ਕੰਮ ਦੇਖਦੀ ਹੈ, ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ ਹੈ, ਪਰ ਪੰਜਾਬ ਦੀ ਪੁਲਿਸ 'ਚੋਂ 30% ਪੁਲਿਸ, 35% ਪੁਲਿਸ ਜਿਹੜੀ ਹੈ 5-7 ਜ਼ਿਲ੍ਹਿਆਂ 'ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ। ਅਸੀਂ ਕਿਹਾ ਜੀ ਤਨਖਾਹ ਅਸੀਂ ਦਿੰਦੇ ਹਾਂ, ਕੰਮ ਲੈ ਰਹੇ ਹਾਂ ਪੈਰਾਮਿਲਟਰੀ ਦਾ ਇਹਨਾਂ ਤੋਂ, ਤਾਂ ਫਿਰ ਸਾਨੂੰ ਇਹ ਵੀ ਇਹ 'ਚ ਵੀ ਕੰਪਨਸੇਸ਼ਨ ਦਿਓ। ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ 'ਚ, ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ, ਕੋਈ ਖੱਜਲ ਖੁਆਰੀਆਂ ਨਹੀਂ ਹੈਗੀਆਂ, ਆ ਜਾਂਦੇ ਹਾਂ ਅਸੀਂ ਫੈਕਟਰੀ ਲਾ ਲੈਂਦੇ ਹਾਂ। ਜਦੋਂ ਮੈਂ ਉਹਨੂੰ ਕਹਿਣਾ ਕਿ ਹੁਣ ਫੈਕਟਰੀ ਨੂੰ ਵਧਾ ਲਾ, ਵੱਡੀ ਕਰ ਲਾ, ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜਾਂ ਬੱਦੀ ਜਾਊਂਗਾ। ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਤੁਸੀਂ Tax 7 ਬਣਾ ਲਿਆ, ਉੱਥੇ ਦਿੱਤੀਆਂ ਛੋਟਾਂ, ਸਾਨੂੰ ਧਾਰਾਂ ਦੇ ਵਿੱਚ ਘੇਰ ਲਿਆ, ਇੱਧਰੋਂ 532 ਕਿਲੋਮੀਟਰ ਤਾਰ ਇੱਧਰ ਹੈ, ਇੱਧਰ ਖਨੌਰੀ ਲੱਗੀ ਹੋਈ ਹੈ, ਇੱਧਰ ਸ਼ੰਭੂ 'ਤੇ ਹੈ, ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹੁਣ। ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ, ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ। ਪੰਜਾਬੀ ਹਾਂ, ਪੂਰੀ ਦੁਨੀਆ 'ਚ ਕਾਮਯਾਬ ਹਾਂ, ਜਿੱਥੇ ਵੀ ਜਾਈਏ ਕਾਮਯਾਬ ਹੁੰਦੇ ਹਾਂ, ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ, ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵੱਸਦੇ ਨੇ। ਸੋ ਇਸ ਕਰਕੇ ਬਜਟ ਹੈ ਦੇਸ਼ ਦਾ, ਬਜਟ ਦੇ ਵਿੱਚ 1 ਰੁਪਈਆ ਨਹੀਂ, ਰੁਪਈਆ ਤਾਂ ਛੱਡੋ ਨਾਂ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ, ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੋਂ ਵੀ ਜਿਹੜੀ ਹੈ ਉਹਦਾ ਟਾਈਮ ਬਦਲ ਰਹੇ ਹਾਂ, ਜਿਹੜੀ ਕਿ ਵਾਇਆ ਪੰਜਾਬ ਜਾ ਰਹੀ ਹੈ, ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ, ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ। ਇੱਕ ਉਹ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ,
ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫਿਰ ਹੱਦਾਂ 'ਤੇ ਖੜ੍ਹਾ ਹੈ। ਹਰ ਰੋਜ਼ ਤਿਰੰਗੇ 'ਚ ਲਿਪਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ, ਅਤੇ ਉਹਨੂੰ ਤੁਸੀਂ ਇੱਕ ਰੁਪਈਆ ਨਹੀਂ ਦੇ ਰਹੇ, ਉਹਦਾ ਨਾਂ ਨਹੀਂ ਲੈ ਰਹੇ, ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਦੇ ਹੋ, ਰਿਜੈਕਟ ਕਰ ਦਿੰਦੇ ਹੋ, ਅਤੇ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ। ਤੁਸੀਂ ਸਾਨੂੰ ਕੰਮ ਦੇ ਕੇ ਦੇਖੋ, ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ। ਜਦੋਂ ਕਿਹਾ ਸੀ ਅੱਗੇ ਕਿ ਅੰਨ ਦੇ ਭੰਡਾਰ ਭਰਨੇ ਨੇ, ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ, ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ। ਹਰੀ ਕ੍ਰਾਂਤੀ ਸਾਨੂੰ ਮਹਿੰਗੀ ਪੈ ਗਈ ਜੀ, 700 ਫੁੱਟ 'ਤੇ ਸਾਡਾ ਪਾਣੀ ਚਲਾ ਗਿਆ ਜੀ। ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਸਾਹਮਣਾ ਕਰਨਾ ਪੈ ਰਿਹਾ, ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ, ਉਸ ਸਟੇਟ ਨੂੰ ਜਿਹਦਾ ਨਾਂ ਪਾਣੀਆਂ 'ਤੇ ਹੈ, ਪੰਜ ਪਾਣੀ, ਔਰ ਉਹਦੇ 'ਚੋਂ ਵੀ ਹਿੱਸਾ ਮੰਗੀ ਜਾਂਦੇ, ਰੌਲਾ ਪਾਈ ਜਾਂਦੇ, ਆਹ ਦਿਓ ਜੀ ਸਾਨੂੰ, ਉਹ ਦਿਓ। ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ, ਮੈਂ ਦਲੇਰੀ ਨਾਲ ਖੁੱਲ੍ਹ ਕੇ ਰੱਖਦਾ। ਔਰ ਕਿਉਂਕਿ ਮੈਂ ਕੱਲ੍ਹ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ, ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ, ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ। 50 ਫੁੱਟ ਉੱਪਰੋਂ ਚੜ੍ਹਾਈ, 12 ਫੁੱਟ ਡੂੰਘਾਈ, 2,500 ਕਿਊਸਿਕ ਪਾਣੀ ਜਾਊਗਾ, ਲਗਭਗ 525 ਮੋਗੇ ਹੋਣਗੇ, 521 ਮੋਗੇ, 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ। ਇਹ ਗੱਲ ਇਹਨਾਂ ਨੇ 30-40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ, ਪਤਾ ਨਹੀਂ ਕਿਉਂ ਨਹੀਂ ਸੋਚੀ, ਪਰ ਕਿਉਂ ਸੋਚਣ, ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ। ਇਹ ਤਾਂ ਫਿਰ ਮੋਗਿਆਂ ਵਾਲੇ ਹੀ ਜਾਣ ਸਕਦਾ ਨਾ, ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜ੍ਹਾ ਹੁੰਦਾ ਕਿ 1 ਮਿੰਟ ਮੇਰਾ ਵੱਧ ਨਾ ਜਾਵੇ ਜਾਂ 1 ਮਿੰਟ ਮੇਰਾ ਘੱਟ ਨਾ ਜਾਵੇ ਪਾਣੀ ਦਾ, ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ। ਸੋ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਉਹਨਾਂ ਨੇ ਕੀ ਲੈਣਾ ਮੋਗਿਆਂ ਤੋਂ। ਸੋ ਅਸੀਂ ਆਏ ਥੱਲੋਂ ਹਾਂ, ਅਸੀਂ ਤਾਂ ਮੋਗਿਆਂ ਵਾਲੇ ਹਾਂ ਜੀ। ਸੋ ਕੱਸੀਆਂ ਰਜਵਾਹੇ ਰਿਵਾਈਵ ਕਰ ਰਹੇ ਹਾਂ, ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਰਹੀ। ਜਦੋਂ ਮੈਂ ਸੌਂ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ, ਅੱਜ 70 'ਤੇ ਪਹੁੰਚਿਆ ਹਜੇ ਸਿਰਫ, ਜਦੋਂ 90 'ਤੇ ਪਹੁੰਚ ਗਏ ਕਿੰਨੇ ਟਿਊਬਵੈੱਲ ਬੰਦ ਹੋ ਜਾਣਗੇ। ਟਿਊਬਵੈੱਲ ਬੰਦ ਹੋਣ ਨਾਲ ਥੱਲੋਂ ਪਰ ਧਰਤੀ 'ਚੋਂ ਪਾਣੀ ਬਚੂਗਾ, ਪਾਣੀ ਉੱਪਰ ਆਊਗਾ, ਪਾਣੀ ਦਾ ਟੇਬਲ, ਬਿਜਲੀ ਬਚੂਗੀ। ਇਹ ਗੱਲਾਂ ਤਾਂ ਕਦੇ ਸੋਚਿਆ ਹੀ ਨਹੀਂ, ਕਿਉਂਕਿ ਦਰੱਖਤਾਂ ਦੀਆਂ ਅਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ। ਤੁਸੀਂ ਐਂ ਕਰੋ, ਦਰੱਖਤਾਂ ਦੀਆਂ ਵੋਟਾਂ ਬਣਾ ਦਿਓ, ਹਰੇਕ ਟਾਹਲੀ ਨੂੰ ਹਰੇਕ ਕਿੱਕਰ ਨੂੰ ਕੋਈ ਨਾ ਕੋਈ ਲੀਡਰ ਚਿੰਬੜਿਆ ਮੈਂ ਦਿਖਾਊਂਗਾ ਵੀ ਉਹਨੂੰ ਐਂ ਕਹਿੰਦੇ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ, ਮੇਰਾ ਪੜਦਾਦਾ ਤੇਰੇ ਤੁੱਕਿਆਂ ਦਾ ਚਾਰ ਪਾਉਂਦਾ ਰਿਹਾ, ਕਿੱਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰੱਖਤਾਂ ਦੀਆਂ। ਇੱਦਾਂ ਹੀ ਨਹਿਰਾਂ ਕੱਸੀਆਂ 'ਚ ਨਹਾਉਂਦੇ ਦਿਖਾਊਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਨਹਾਉਂਦਾ ਰਿਹਾ, ਬਸ ਤੂੰ ਵੋਟਾਂ ਪਾ ਦੇ। ਪਰ ਕਿਉਂਕਿ ਦਰੱਖਤਾਂ ਦੀਆਂ ਅਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ, ਤਾਂ ਕਰਕੇ ਮੁੱਦਾ ਨਹੀਂ ਹੈਗਾ। ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਮਾਣ ਲੋਕਾਂ ਨੇ ਦਿੱਤਾ, ਤਾਂ ਮੈਂ ਇਹ ਚੀਜ਼ਾਂ ਘੱਟੋ ਘੱਟ ਬਚਾਵਾਂ ਵੀ ਅਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾਂ ਕਿ ਆਪਾਂ ਇਕੱਠੇ ਹੋ ਕੇ ਦਰੱਖਤ ਲਾਈਏ, ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ, ਠੀਕ ਹੈ ਨਾ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਭੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ। ਸੋ ਮੈਨੂੰ ਉਮੀਦ ਹੈ ਕਿ ਹੈਲਥ, ਐਜੂਕੇਸ਼ਨ, ਇਨਵਾਇਰਮੈਂਟ, ਸਪੋਰਟਸ ਔਰ ਰੋਜ਼ਗਾਰ, ਇਹਨਾਂ
ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਅੱਗੇ, ਤਾਂਹੀਓ ਪੰਜਾਬ ਅੱਗੇ ਵਧੂਗਾ। ਔਰ ਪੰਜਾਬ ਰੰਗਲੇ ਪੰਜਾਬ ਦੇ ਛੋਟੇ ਥੋੜ੍ਹਾ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗ ਗਏ ਕਿ ਹਾਂ ਕੁਛ ਹੋ ਰਿਹਾ। ਹਾਂ 43,000 ਨੌਕਰੀਆਂ ਮਿਲ ਗਈਆਂ, ਨਹਿਰ ਕੱਢੀ ਜਾ ਰਹੀ ਹੈ, ਥਰਮਲ ਪਲਾਂਟ ਖਰੀਦ ਲਿਆ, ਬਿਜਲੀ ਵਾਲੇ ਪਾਸਿਓਂ ਨਿਰਭਰ ਹਾਂ, ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ। ਅਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾਂ ਮਾਰ ਰਹੇ ਨੇ, ਓਲੰਪਿਕਸ 'ਚ ਗਏ ਹੋਏ ਨੇ। ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ ਓਲੰਪਿਕ ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਇਆ, ਕਿ ਘੱਟੋ ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ। ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ 'ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ, ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ, ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ। ਇੱਥੇ ਪਹਿਲਵਾਨ ਮਿੱਟੀ 'ਤੇ ਪ੍ਰੈਕਟਿਸ ਕਰਦੇ ਆ, ਉੱਥੇ ਗੱਦੇ ਨੇ, ਪਹਿਲਾਂ ਇੱਥੇ ਗੱਦੇ ਤਾਂ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ ਓਲੰਪਿਕ ਲੈਵਲ ਦੇ, ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ 'ਚ ਕੋਈ ਹੋਰ। ਬਾਅਦ 'ਚ ਤਾਂ ਕੋਈ ਵੀ ਜਦੋਂ ਮੈਡਲ ਜਿੱਤਦੇ ਉਹ ਤਾਂ ਕੋਈ ਵੀ ਦੇ ਦਿੰਦਾ ਪੈਸੇ, ਮੈਡਲ ਜਿੱਤਣ ਯੋਗੇ ਤਾਂ ਬਣਾਈਏ ਨਾ। ਸੋ 19 ਪਲੇਅਰ ਆਪਣੇ ਓਲੰਪਿਕਸ ਦੇ ਵਿੱਚ ਗਏ ਹੋਏ ਨੇ ਅਤੇ ਵੱਡੀ ਮੱਲਾਂ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ। ਹਾਕੀ ਟੀਮ ਨੇ ਕੱਲ੍ਹ ਆਪਣਾ ਮੈਚ ਜਿੱਤਿਆ, ਵਧਾਈਆਂ ਦੇਣਾ ਚਾਹੁੰਦਾ ਮੈਂ। ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਖੁਸ਼ਖਬਰੀਆਂ ਉੱਥੋਂ ਆਉਣਗੀਆਂ ਅਤੇ ਉਹਦੇ ਨਾਲ ਚਿਣਗ ਲੱਗੂ ਬੱਚਿਆਂ ਨੂੰ, ਬੱਚੇ ਗਰਾਊਂਡਾਂ ਨੂੰ ਜਾਣਗੇ, ਬੱਚੇ ਗਰਾਊਂਡ ਜਾਣਗੇ, ਸਰੀਰ ਨਾਲ ਪਿਆਰ ਹੋਊਗਾ ਅਤੇ ਆ ਡਰੱਗ ਡਰੁੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ। ਸੋ ਇਹ ਚੇਨ ਹੈ। ਸੋ ਅਸੀਂ ਆਪਣੇ ਵੱਲੋਂ ਬੈਸਟ